महाराजा रणजीत सिंह अपने सिख सिपाहियों का दिलों जानो महबती सी, ਉਹ ਐਵੇਂ ਖੂਨ ਡੋਲਣ ਦੇ ਹੱਕ ਵਿੱਚ ਨਹੀਂ ਸੀ। ਉਸਦਾ ਵਿਚਾਰ ਬਣਿਆ ਕਿ ਜੇ ਸਾਡੀਆਂ ਤੋਪਾਂ ਆ ਲੈਣ ਤਾਂ ਫੇਰ ਸਿੱਖਾਂ ਦਾ ਨੁਕਸਾਨ ਘੱਟ ਹੋਏਗਾ, ਦੁਸ਼ਮਣ ਦਾ ਜ਼ਿਆਦਾ ਹੋਏਗਾ। ਉਹ ਇਹ ਰਣਨੀਤੀ ਵਧਾਰ ਕੇ ਆਇਆ ਅਕਾਲੀ ਜੀ ਦੇ ਸਾਹਮਣੇ, ਬੜੀ ਨਿਮਰਤਾ ਨਾਲ, ਬੜੀ ਅਧੀਨਗੀ ਨਾਲ ਜੰਗ ਨੂੰ ਕੁਝ ਚਿਰ ਮੁਲਤਵੀ ਕਰਨ ਲਈ, ਥੋੜਾ ਜਿਹਾ ਚਿਰ ਹੱਲਾ ਰੋਕਣ ਲਈ ਉਸਨੇ ਬੇਨਤੀ ਕੀਤੀ। ਪਰ ਅਕਾਲੀ ਫੂਲਾ ਸਿੰਘ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਸਿੱਖੀ ਰਚੀ ਹੋਈ ਸੀ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਸਤਿਕਾਰ ਸੀ, ਉਹਨਾਂ ਨੇ ਬੜੇ ਜੋਸ਼ ਵਿੱਚ ਆਣ ਕੇ ਕਿਹਾ, ਮਹਾਰਾਜਾ ਤੈਨੂੰ ਤੇਰੀ ਨੀਤੀ ਮੁਬਾਰਕ, ਲੇਕਿਨ ਮੈਂ ਧਰਮ ਦਾ ਆਗੂ ਹਾਂ, ਅਕਾਲੀ ਫੌਜ ਦਾ ਜਥੇਦਾਰ ਹਾਂ, ਇਸ ਲਈ ਜਿੱਤਾਂ ਜਾਂ ਹਾਰਾਂ ਇਹ ਮੇਰੇ ਗੁਰੂ ਦੇ ਹੱਥ ਵਿੱਚ ਹੈ, ਲੇਕਿਨ ਮੇਰਾ ਰਸਤਾ ਨਾ ਰੋਕ, ਅਰਦਾਸ ਹੋ ਚੁੱਕੀ ਹੈ, ਮੈਂ ਰਣ ਮੈਦਾਨ ਵਿੱਚ ਜਾਵਾਂਗਾ। ਅਕਾਲੀ ਜੀ ਨੇ ਮੱਥੇ ਉੱਤੇ ਵੱਟ ਪਾ ਕੇ ਜੋਸ਼ ਵਿੱਚ ਆ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਜਿਹੜੀਆਂ ਗੱਲਾਂ ਕੀਤੀਆਂ, ਉਸ ਨੂੰ ਕਮਿਸ਼ਨ ਜੱਥਾ ਇਉਂ ਬਿਆਨ ਕਰਦਾ ਹੈ।
Like this.